ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਆਨਰਾਏ ਦੇ ਘਰੋਂ 25 ਤੋਲੇ ਸੋਨੇ ਲੁੱਟ ਕੀਤਾ ਬਜ਼ੁਰਗ ਦਾ ਕਤਲ ਇਲਾਕੇ 'ਚ ਪਈ ਦਹਿਸ਼ਤ ਤਾਜ਼ਾ ਵੱਡੀ ਖਬਰ ਆ ਚੁੱਕੀ ਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਤੋਂ ਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਹਿਣਾ ਪਿੰਡ ਤੋਂ ਸਾਹਮਣੇ ਜਿੱਥੇ ਪਾਇਨ ਤੋਂ ਸ਼ਹਿਨਪਛਾਤ ਲੁੱਟੇਰਿਆਂ ਵੱਲੋਂ ਆਪਣੇ ਲੋੜ ਦਾ ਸ਼ਿਕਾਰ ਬਣਾਇਆ ਗਿਆ ਜਿਤੇ ਲੁਟੇਰਿਆਂ ਵੱਲੋਂ ਇਸ ਲੁੱਟ ਦੇ ਚੱਲਦਿਆਂ ਹੋਇਆਂ ਇੱਕ ਐਨ ਆਰ ਆਈ ਬਜ਼ੁਰਗ ਜੋੜੇ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਉੱਥੇ ਲੁਟੇਰਿਆਂ ਵੱਲੋਂ ਘਟਨ ਨੂੰ ਅੰਜਾਮ ਤੋਂ ਬਾਅਦ ਹੋਰਾਂ ਦਾ ਬਹਿਰਮਿਣਾ ਕਤਲ ਕਰ ਦਿੱਤਾ ਗਿਆ ਇਸ ਘਟਨ ਅੰਜਾਮ ਦੇਣ ਤੋਂ ਬਾਅਦ ਬਜ਼ੁਰਗ ਜੋੜੇ ਦੇ ਘਰ ਤੋਂ ਲੁਟੇਰਿਆਂ ਵੱਲੋਂ 25 ਟੋਲਾ ਸੋਨਾ ਲੁੱਟ ਕੇ ਜਾਣਕਾਰੀ ਸਾਹਮਣੇ ਆਈ ਹੈ ਦੱਸਿਆ ਗਿਆ ਹੈ ਕਿ ਪਾਇਲ ਤੋਂ 9650 ਦੇ ਲੁਟੇਰਿਆਂ ਦੇ ਵੱਲੋਂ ਵੀਰਵਾਰ ਸਵੇਰੇ 5 ਵਜੇ ਦੇ ਕਰੀਬ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਿੰਡ ਸ਼ੈਣਾ ਦੇ ਰਹਿਣ ਵਾਲੇ ਬਜ਼ੁਰਗ ਐਨ ਆਰ ਆਈ ਲਕਸ਼ਮਨ ਸਿੰਘ ਤੇ ਅਮਰਜੀਤ ਕੋਰ ਦੇ ਕਾਰਕਰੀ 25 ਟੋਲੇ ਦਾ ਸੋਨਾ ਲੁੱਟ ਕੇ ਅਮਰਜੀਤ ਕੋਰ ਦਾ ਕਤਲ ਕਰਕੇ ਲੁਟੇਰੇ ਫਰਾਰ ਹੋ ਗਏ ਜਿਹहां ਇਸ ਘਟਨਾ ਦੀ ਜਾਣਕਾਰੀ ਮਿਲਦੇ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ